ਸਕੂਲ ਆਫ ਐਮੀਨਸ ਇੱਕ ਐਸਾ ਪ੍ਰੋਜੈਕਟ ਜਿਸ ਦੇ ਤਹਿਤ ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਬੱਚਿਆਂ ਨੂੰ ਇੱਕ ਇਸ ਲੈਵਲ ਤੇ ਸਿੱਖਿਆ ਦਿੱਤੀ ਜਾਵੇਗੀ ਕਿ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਸਕਣ, ਬੱਚੇ ਆਉਣ ਵਾਲੇ ਸਮੇਂ ਵੱਡੇ ਅਹੁਦਿਆਂ ਤੇ ਵੱਡੇ ਥਾਵਾਂ ਤੇ ਪਹੁੰਚ ਸਕਣ। ਪਰ ਇਹਨਾਂ ਸਕੂਲਾਂ ਦੇ ਵਿੱਚ ਪਹਿਲਾਂ ਬੱਚਿਆਂ ਨੂੰ ਪਹੁੰਚਾਉਣਾ ਬੜਾ ਲਾਜ਼ਮੀ ਸੀ। ਅਸੀਂ ਇਸ ਵੇਲੇ ਮੋਹਾਲੀ ਦੇ ਮੁੱਲਾਪੁਰ ਗਰੀਬਦਾਸ ਦੇ ਵਿੱਚ ਮੌਜੂਦ ਹਾਂ, ਸਕੂਲ ਆਫ ਐਮੀਨਸ ਮੁੱਲਾਪੁਰ ਗਰੀਬਦਾਸ, ਇਹ ਤੁਸੀਂ ਦੇਖ ਰਹੇ ਹੋ। ਹਾਲਾਂਕਿ ਇਸ ਸਕੂਲ ਨੂੰ ਵੀ ਹਲੇ ਨਵੀਂ ਬਿਲਡਿੰਗ ਮਿਲਣੀ ਹੈ, ਪਰ ਇਹ ਇੱਥੇ ਸ਼ੁਰੂਆਤ ਕਰ ਦਿੱਤੀ ਗਈ ਹੈ ਤਾਂ ਕਿ ਪ੍ਰੋਜੈਕਟ ਇੱਕ ਵਾਰ ਸ਼ੁਰੂ ਹੋਵੇ ਔਰ ਬੱਚਿਆਂ ਨੂੰ ਇੱਥੇ ਸਿੱਖਿਆ ਦੇਣੀ ਸ਼ੁਰੂ ਕੀਤੀ ਜਾਵੇ। ਪਰ ਕਿਉਂਕਿ ਇੱਥੇ ਆਸ ਪਾਸ ਦਾ ਜਿਹੜਾ ਇਲਾਕਾ ਉਹ ਭੂਗੋਲਿਕ ਸਥਿਤੀ ਨਾਲ ਕੁਝ ਐਸੇ ਹਾਲਾਤਾਂ ਦੇ ਵਿੱਚ ਹੈ ਕਿ ਜਿੱਥੋਂ ਬੱਚਿਆਂ ਦਾ ਇੱਥੇ ਪਹੁੰਚਣਾ ਕਰੀਬ ਕਰੀਬ ਨਾਮੁਮਕਿਨ ਸੀ, ਪਰ ਉਹਨਾਂ ਬੱਚਿਆਂ ਨੂੰ ਕਿਵੇਂ ਉਹਨਾਂ ਕਾਬਲ ਬੱਚਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਬੱਚਿਆਂ ਨੂੰ ਇਸ ਸਕੂਲ ਤੱਕ ਲੈ ਕੇ ਆਉਣਾ, ਕਿਹੜੀਆਂ ਚੁਣੌਤੀਆਂ ਨੇ, ਉਹਨਾਂ ਚੁਣੌਤੀਆਂ ਦੇ ਬਾਵਜੂਦ ਉਹਨਾਂ ਬੱਚਿਆਂ ਨੂੰ ਸਕੂਲ ਆਫ ਐਮੀਨਸ ਦੇ ਵਿੱਚ ਲਿਆ ਕੇ ਉਹਨਾਂ ਦਾ ਭਵਿੱਖ ਬਣਾਉਣਾ ਇੱਕ ਵੱਡੀ ਚੁਣੌਤੀ ਸੀ, ਪਰ ਉਸ ਚੁਣੌਤੀ ਦੇ ਨਾਲ ਕਿਵੇਂ ਨਜਿੱਠਿਆ ਗਿਆ। ਸਾਡੇ ਨਾਲ ਪ੍ਰਿੰਸੀਪਲ ਮੈਡਮ ਜੋਤੀ ਜੀ ਨੇ, ਜਿਹੜੇ ਫਿਲਹਾਲ ਇਸ ਸਕੂਲ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ, ਹੋਰ ਵੀ ਕਈ ਜ਼ਿੰਮੇਵਾਰੀਆਂ ਸੰਭਾਲ ਰਹੇ ਨੇ ਇਸ ਵੇਲੇ। ਅੱਛਾ ਮੈਡਮ, ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਰਿਹਾ ਸੀ, ਸਕੂਲ ਇੱਥੇ ਬਣ ਗਿਆ, ਹਾਲਾਂਕਿ ਉਹਦੇ ਲਈ ਬੜੀਆਂ ਚੁਣੌਤੀਆਂ ਨੇ ਹਲੇ, ਪਰ ਉਸ ਤੋਂ ਵੱਡੀ ਚੁਣੌਤੀ ਇਹ ਕਿ ਬੱਚਿਆਂ ਨੂੰ ਤੁਸੀਂ ਇੱਥੇ ਲੈ ਕੇ ਆਉਣਾ, ਪਰ ਇੱਥੋਂ ਦੀ ਭੂਗੋਲਿਕ ਸਥਿਤੀ ਹੈ ਜਿਹੜੀ ਉਹ ਕੁਝ ਐਸੀ ਸੀ ਕਿ ਬੱਚੇ ਇੱਥੇ ਨਹੀਂ ਸੀ ਆ ਪਾ ਰਹੇ, ਉਹ ਕਿਸ ਤਰ੍ਹਾਂ ਦੇ ਹਾਲਾਤ ਸੀ, ਕਿਵੇਂ ਫਿਰ ਬੱਚਿਆਂ ਦੀਆਂ ਸਮੱਸਿਆਵਾਂ ਸੀ ਤੇ ਕਿਵੇਂ ਉਹਨੂੰ ਤੁਸੀਂ ਫਿਰ ਅੱਗੇ ਠੀਕ ਕਰਨ ਵਾਲੇ ਪਾਸੇ ਤੁਰੇ? ਬਿਲਕੁਲ ਠੀਕ ਗੱਲ ਹੈ ਸਰ ਤੁਹਾਡੀ ਇਹ ਕਿ ਜਿਹੜੀ ਭੂਗੋਲਿਕ ਸਥਿਤੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਸ ਹਿਸਾਬ ਨਾਲ ਕਈ ਵਾਰੀ ਤਾਂ ਸਾਨੂੰ ਇੱਦਾਂ ਲੱਗ ਰਿਹਾ ਸੀਗਾ ਕਿ ਦੈਟ ਇਜ਼ ਅ ਬਹੁਤ ਬੜਾ ਚੈਲੰਜ ਹੈ ਸਾਡੇ ਲਈ। ਜਿਸ ਤਰ੍ਹਾਂ ਕਿ ਸਰਕਾਰ ਦਾ ਇੱਕ ਉਪਰਾਲਾ ਹੈ ਕਿ ਬੱਚਿਆਂ ਨੂੰ ਜਿਹੜੇ ਐਮੀਨੈਂਸ ਦੇ ਬੱਚੇ ਹੈ ਉਹਨਾਂ ਨੂੰ ਆਪਾਂ ਫੈਸਿਲਿਟੀ ਦੇਣੀ ਹੈ ਟਰਾਂਸਪੋਰਟ ਦੀ, ਅਲੱਗ ਅਲੱਗ ਟਰਾਂਸਪੋਰਟਰਸ ਵੀ ਬੁਲਾਏ ਗਏ, ਕੰਟਰੈਕਟਰਸ ਬੁਲਾਏ ਗਏ, ਤਾਂ ਕਈ ਵਾਰੀ ਤਾਂ ਕੀ ਹੁੰਦਾ ਸੀਗਾ ਕਿ ਅਗਲਾ ਸਾਡੇ ਨਾਲ ਗੱਲਬਾਤ ਕਰਕੇ ਜਾਂਦਾ ਸੀ ਔਰ ਕਹਿ ਦਿੰਦੇ ਸੀ ਮੈਡਮ ਇਹ ਤਾਂ ਟੁੱਟਵੇਂ ਪਿੰਡ ਹੈ, ਇਹ ਤਾਂ ਬਹੁਤ ਕੁਝ ਕੁ ਪਿੰਡ ਇੱਦਾਂ ਦੇ ਆ ਸਰ ਜੇ ਤੁਸੀਂ ਦੇਖੋ ਕਿ ਕੁਝ ਕੁ ਨਾਲੇ ਪੈਂਦੇ ਆ ਉੱਥੇ, ਇੱਕ ਪਿੰਡ ਇੱਦਾਂ ਦਾ ਜਿੱਦਾਂ ਛੋਟੀ ਨਗਲੀਆਂ ਬੜੀ ਨਗਲੀਆਂ ਜੇ ਮੈਨੂੰ ਥੋੜਾ ਜਿਹਾ ਧਿਆਨ ਆ ਰਿਹਾ, ਇੱਕ ਪਹਾੜ ਕੱਟ ਕੇ ਰਸਤਾ ਬਣਿਆ ਉੱਥੇ, ਬੱਸ ਜੇ ਇੱਕ ਵਾਰ ਚਲੀ ਜਾਊਗੀ ਤਾਂ ਉੱਥੋਂ ਬੱਸ ਮੁੜਨ ਦੀ ਕੋਈ ਉੱਥੇ ਇੱਦਾਂ ਦਾ ਪ੍ਰੋਵੀਜ਼ਨ ਨਹੀਂ ਹੈ। ਸੋ ਇੱਦਾਂ ਦੇ ਚੈਲੰਜਸ ਆਏ, ਪਰ ਕਿਉਂਕਿ ਸਰਕਾਰ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਸੀ ਸਾਨੂੰ ਵੀ ਥੋੜੀ ਹੱਲਾਸ਼ੇਰੀ ਵੀ ਮਿਲੀ ਕਿ ਨਹੀਂ ਅਸੀਂ ਜਿੱਦਾਂ ਵੀ ਜੇ ਆਪਾਂ ਸੋਚ ਹੀ ਲਈਏ ਕਿ ਆਪਾਂ ਚੈਲੰਜ ਕਰਨੇ ਹੈ ਪੂਰੇ, ਤਾਂ ਉਹਦੇ ਵਿੱਚ ਫਿਰ ਸਾਡੇ ਕਈ ਕੰਟਰੈਕਟਰ ਸਾਡੇ ਨਾਲ ਲੱਗੇ ਟਰਾਂਸਪੋਰਟਰਸ। ਪਿਛਲੇ ਸਾਲ ਇੱਕ ਬੱਸ ਚੱਲਦੀ ਸੀ, ਇਸ ਵਾਰੀ ਬੱਚੇ ਟੈਸਟ ਦੇ ਕੇ ਆਏ। ਚੈਲੰਜ ਦੀ ਜੇ ਆਪਾਂ ਗੱਲ ਕਰੀਏ ਤਾਂ ਕੁੜੀਆਂ ਸਾਡੇ ਕੋਲ ਬਹੁਤ ਆਈਆਂ, ਪਰ ਜਦੋਂ ਪੇਰੈਂਟਸ ਆਉਂਦੇ ਸੀ ਉਹ ਕਹਿੰਦੇ ਮੈਡਮ ਬੱਚਾ ਆਊਗਾ ਕਿੱਦਾਂ, ਵੀ ਕਿਉਂ ਨਾ ਅਸੀਂ ਇੱਕ ਕਿਲੋਮੀਟਰ ਤੇ ਸਾਡਾ ਨਾਰਮਲ ਸਕੂਲ ਹੈ, ਬੱਚੇ ਨੇ ਟੈਸਟ ਕਲੀਅਰ ਕਰ ਲਿਆ ਤਾਂ ਬੱਚੇ ਆਪਣੇ ਚਾਰ ਨਾਲੇ ਨਦੀਆਂ ਪਾਰ ਕਰਕੇ ਤੁਹਾਡੇ ਸਕੂਲ ਤੱਕ ਆਊਗਾ ਤਾਂ ਕਿੱਦਾਂ ਆਊਗਾ। ਤਾਂ ਉੱਥੇ ਫਿਰ ਵਿਸ਼ਵਾਸ ਵੀ ਦਿਲਾਇਆ ਗਿਆ ਉਹਨਾਂ ਨੂੰ, ਉਹਨਾਂ ਨੂੰ ਕਿਹਾ ਕਿ ਨਹੀਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਟਰਾਂਸਪੋਰਟੇਸ਼ਨ ਮਿਲੂਗੀ, ਔਰ ਐਸੀ ਗੱਲ ਨਹੀਂ ਮਿਲੀ ਵੀ। ਤਾਂ ਕੁੜੀਆਂ ਦੇ ਲਈ ਜਿਹੜੀਆਂ ਸਮੱਸਿਆਵਾਂ ਸੀਗੀਆਂ, ਕਿਉਂਕਿ ਬੱਚੇ ਆ ਕੇ ਇਹ ਕਹਿ ਦਿੰਦੇ ਸੀ ਸਾਨੂੰ, ਦੋ ਤਿੰਨ ਵਾਰ ਇੱਦਾਂ ਦੇ ਵੀ ਆਏ ਬੱਚੇ, ਟੈਸਟ ਕਲੀਅਰ ਕੀਤਾ ਹੋਇਆ ਸੀ ਉਹਨਾਂ ਨੇ, ਤਾਂ ਪੇਰੈਂਟਸ ਆ ਕੇ ਕਹਿ ਗਏ ਨਹੀਂ ਮੈਡਮ ਆਉਣਾ ਜਾਣਾ ਬਹੁਤ ਔਖਾ, ਮੈਂ ਬੱਚੇ ਨੂੰ ਨਹੀਂ ਭੇਜ ਸਕਦਾ, ਵੀ ਰਿਸਕੀ ਹੈ। ਅੱਛਾ, ਮੈਂ ਇੱਕ ਦੇਖ ਰਿਹਾ ਸੀ ਇੱਕ ਬੱਚੀ ਸ਼ਾਇਦ ਇਹ ਵੀ ਜ਼ਿਕਰ ਕਰ ਰਹੀ ਸੀ ਕਿ ਉਹ ਕਈ ਕਿਲੋਮੀਟਰ ਪੈਦਲ ਚੱਲ ਕੇ ਵੀ ਹੁਣ ਆਉਣਾ। ਹਾਂ, ਉੱਥੇ ਵੀ ਇੱਕ ਬੱਚਾ ਸੀਗਾ ਟਾਂਡੇ ਦਾ ਸੀ ਬੱਚਾ, ਤੇ ਬੱਸ ਵਾਲੇ ਨੇ ਕਹਿਤਾ ਮੈਂ ਨਾਢੇ ਤੱਕ ਜਾਊਂਗਾ, ਮੈਡਮ ਅੱਗੇ ਤਾਂ ਜਾਣਾ ਬਹੁਤ ਔਖਾ ਇੱਕ ਬੱਚੇ ਲਈ। ਚਲੋ ਅੱਜ ਬੱਸ ਜਾ ਵੀ ਰਹੀ ਹੈ ਉੱਥੇ, ਪਰ ਸਟਾਰਟਿੰਗ ਦੇ ਵਿੱਚ ਬੜੀਆਂ ਪ੍ਰੋਬਲਮਸ ਆਈਆਂ। ਬੱਚੇ ਨੂੰ ਕਿਹਾ ਵੀ ਗਿਆ ਸੀ, ਮੈਂ ਕਿਹਾ ਬੇਟਾ ਦੇਖ ਲਓ ਵੀ ਨਾਢੇ ਤੱਕ ਤੁਹਾਨੂੰ ਇੱਦਾਂ ਤੁਰ ਕੇ ਆਉਣਾ ਪੈਣਾ,
ਤਾਂ ਉਹ ਬੱਚਾ ਤੁਸੀਂ ਦੇਖੋ ਕਿ ਬੱਚੇ ਨੂੰ ਇਹ ਉਮੀਦ ਸੀਗੀ ਕਿ ਟਰਾਂਸਪੋਰਟੇਸ਼ਨ ਲੱਗ ਜਾਣੀ ਹੈ ਕਿਉਂਕਿ ਸਰਕਾਰ ਨੇ ਅਨਾਊਂਸ ਕੀਤਾ ਤਾਂ ਟਰਾਂਸਪੋਰਟੇਸ਼ਨ ਤਾਂ ਲੱਗੂਗੀ। ਉਹ 4-4 ਕਿਲੋਮੀਟਰ ਵੀ ਤੁਰ ਕੇ ਟਾਂਡੇ ਤੋਂ ਨਾਢੇ ਤੱਕ ਬੱਚਾ ਆਉਂਦਾ ਰਿਹਾ, ਨਾਢੇ ਤੋਂ ਫਿਰ ਹਾਂ ਉਹਨਾਂ ਨੂੰ ਇਹ ਸੀਗੀ ਕਿ ਐਮੀਨੈਂਸ ਸਕੂਲ ਲਈ ਸਰਕਾਰ ਸਾਡੇ ਲਈ ਕੀ ਲੈ ਕੇ ਆਈ ਹੈ, ਕੁਛ ਤਾਂ ਲੈ ਕੇ ਆਈ ਹੈ ਨਾ, ਅਸੀਂ ਪੜ੍ਹ ਕੇ ਤਾਂ ਦੇਖੀਏ। ਇਹ ਇੱਕ ਵਿਸ਼ਵਾਸ ਜੁੜਿਆ ਹੋਇਆ ਸੀ, ਸੋ ਸਾਨੂੰ ਇਹਨਾਂ ਦਾ ਵਿਸ਼ਵਾਸ ਹੀ ਕਹਿ ਲਓ ਕਿ ਚੈਲੰਜਸ ਅਸੀਂ ਹੌਲੀ ਹੌਲੀ ਛੋਟੇ ਛੋਟੇ ਆਪਣੇ ਲਈ ਮਾਈਲ ਸਟੋਨਸ ਰੱਖੇ, ਅਸੀਂ ਉਹ ਚੈਲੰਜਸ ਨੂੰ ਪਾਰ ਕਰਦੇ ਹੋਏ ਮਾਈਲ ਸਟੋਨਸ ਨੂੰ ਪਾਰ ਕਰਦੇ ਹੋਏ ਅੱਜ ਅਸੀਂ ਆਪਣੀਆਂ 3 ਬੱਸਾਂ ਸਾਡੀਆਂ ਚੱਲ ਰਹੀਆਂ ਸਕੂਲ ਦੇ ਵਿੱਚ। ਬਿਲਕੁਲ, ਆ ਪ੍ਰਾਈਵੇਟ ਸਕੂਲ ਵਰਗੀਆਂ ਬੱਸਾਂ ਇੱਥੇ ਨਜ਼ਰ ਆਉਂਦੀਆਂ ਨੇ ਔਰ ਬੱਚੇ ਯੂਨੀਫਾਰਮ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੇ ਨੇ। ਸ਼ਾਇਦ ਅਗਰ ਇਹ ਬੱਸ ਜਦੋਂ ਬਾਹਰ ਜਾਂਦੀ ਹੋਏਗੀ ਤਾਂ ਜਿੰਨੀ ਦੇਰ ਕੋਈ ਪੜ੍ਹੇਗਾ ਨਹੀਂ ਉਨੀ ਦੇਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੋਣਾ ਕਿ ਇਹ ਕਿਸੇ ਪ੍ਰਾਈਵੇਟ ਕਿਸੇ ਵੱਡੇ ਸਕੂਲ ਦੇ ਬੱਚੇ ਨੇ ਜਾਂ ਫਿਰ ਸਕੂਲ ਆਫ ਐਮੀਨੈਂਸ, ਜਿਹੜਾ ਪੰਜਾਬ ਸਰਕਾਰ ਨੇ ਇੱਕ ਇਸ ਲੈਵਲ ਦਾ ਉਪਰਾਲਾ ਕੀਤਾ ਕਿ ਸ਼ਾਇਦ ਪ੍ਰਾਈਵੇਟ ਸਕੂਲ ਵੀ ਉਸ ਪੱਧਰ ਤੇ ਨਾ ਪਹੁੰਚ ਸਕਣ, ਤਾਂ ਇੱਕ ਕੋਸ਼ਿਸ਼ ਹੈ ਔਰ ਇਹਨਾਂ ਬੱਚਿਆਂ ਨੂੰ ਕਿਵੇਂ ਇਹਨਾਂ ਦਾ ਭਵਿੱਖ ਸਵਾਰਨਾ ਉਹਦੇ ਲਈ ਕੋਸ਼ਿਸ਼ ਕਿ ਬੱਚੇ ਬੇਝਿਜਕ ਹੋ ਕੇ ਆਪਣੇ ਸਕੂਲ ਤੱਕ ਪਹੁੰਚ ਸਕਣ, ਉਹਨਾਂ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਨਾ ਕਰਨਾ ਪਵੇ, ਉਸਦੇ ਲਈ ਫਿਲਹਾਲ ਕਹਿ ਸਕਦੇ ਹਾਂ ਕਿ ਇੱਕ ਕੋਸ਼ਿਸ਼ ਕੀਤੀ ਗਈ ਹੈ। ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੇ ਰਸਤੇ ਨੇ, ਕਿਸ ਤਰ੍ਹਾਂ ਬੱਚਿਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ, ਉਹ ਵੀ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਮੁੱਲਾਪੁਰ ਗਰੀਬਦਾਸ ਮੋਹਾਲੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਸੋਨੀਆ ਹੈ ਤੇ ਮੈਂ ਸਕੂਲ ਆਫ ਐਮੀਨੈਂਸ ਮੁੱਲਾਪੁਰ ਵਿਖੇ ਪੜ੍ਹਦੀ ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਬੱਸ ਖੜੀ ਹੈ, ਇਹ ਸਿਰਫ ਇੱਕ ਬੱਸ ਨਹੀਂ ਹੈ, ਇੱਕ ਇਹ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ ਮੁਕੰਮਲ ਹੋਇਆ ਹੈ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਐਮੀਨੈਂਸ ਦੀ ਸਥਾਪਨਾ ਕਰਕੇ ਕੀਤੀ ਗਈ ਹੈ। ਮੈਂ ਪਿੰਡ ਸਿਉਂਕ ਤੋਂ ਆਉਂਦੀ ਹਾਂ ਜਿਹੜਾ ਇਸ ਸਕੂਲ ਤੋਂ 6 ਕਿਲੋਮੀਟਰ ਵਿਖੇ ਦੂਰ ਹੈ। ਸਾਡੇ ਪਿੰਡ ਤੋਂ ਕਈ ਸਾਰੇ ਟਰਾਂਸਪੋਰਟ ਨਹੀਂ ਆ ਸਕਦੇ ਕਿ ਨਦੀਆਂ ਵੀ ਨੇ ਕਈ ਤਰ੍ਹਾਂ ਦੀਆਂ ਜਾਂ ਰਸਤੇ ਚੰਗੇ ਨਹੀਂ ਨੇ, ਜਿਸ ਕਰਕੇ ਟਰਾਂਸਪੋਰਟ ਫੈਸਿਲਿਟੀ ਨਹੀਂ ਪਹੁੰਚਦੀ ਸੀ ਉੱਥੇ। ਲੇਕਿਨ ਟਰਾਂਸਪੋਰਟ ਜਦ ਐਮੀਨੈਂਸ ਵਿਖੇ ਅਸੀਂ ਐਡਮਿਸ਼ਨ ਲਈ ਸਾਡਾ ਸਿਲੈਕਸ਼ਨ ਹੋਇਆ ਤੇ ਸਾਨੂੰ ਬਹੁਤ ਵੱਡੀ ਰਾਹਤ ਮਿਲੀ ਇਸ ਟਰਾਂਸਪੋਰਟ ਕਰਕੇ। ਸਾਡੇ ਪੇਰੈਂਟਸ ਵੀ ਸਾਨੂੰ ਖੁਸ਼ੀ ਖੁਸ਼ੀ ਸਰਟੀਫਿਕੇਸ਼ਨ ਨਾਲ ਪੂਰੇ ਤਰ੍ਹਾਂ ਨਾਲ ਭੇਜਦੇ ਨੇ ਕਿ ਸਾਡਾ ਬੱਚਾ ਬੱਸ 'ਚ ਸਕੂਲ ਆਫ ਐਮੀਨੈਂਸ ਵਿਖੇ ਪੜ੍ਹਨ ਜਾ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪੂਜਾ ਕੌਰ ਹੈ, ਮੈਂ ਸਕੂਲ ਆਫ ਐਮੀਨੈਂਸ ਮੁੱਲਾਪੁਰ ਗਰੀਬਦਾਸ ਵਿਖੇ ਪੜ੍ਹਦੀ ਹਾਂ। ਜਿਵੇਂ ਕਿ ਅਸੀਂ ਐਮੀਨੈਂਸ ਦਾ ਐਗਜ਼ਾਮ ਕਲੀਅਰ ਕਰਕੇ ਇੱਥੇ ਆਏ ਹਾਂ ਅਤੇ ਸਾਨੂੰ ਆਉਣ ਜਾਣ 'ਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਸੀ, ਜਿਵੇਂ ਟਰਾਂਸਪੋਰਟ ਦੀ ਕੋਈ ਸਹੂਲਤ ਨਹੀਂ ਸੀਗੀ ਅਤੇ ਨਦੀਆਂ ਵਗੈਰਾ ਆਉਂਦੀਆਂ ਸੀਗੀਆਂ ਅਤੇ ਸਾਨੂੰ ਆਉਣ ਜਾਣ 'ਚ ਮੁਸ਼ਕਲ ਆ ਰਹੀ ਸੀ। ਪਰ ਹੁਣ ਸਕੂਲ ਆਫ ਐਮੀਨੈਂਸ ਦਾ ਜਿਵੇਂ ਐਗਜ਼ਾਮ ਕਲੀਅਰ ਕੀਤਾ ਅਤੇ ਹੁਣ ਸਾਨੂੰ ਟਰਾਂਸਪੋਰਟ ਦੀ ਜਿਹੜੀ ਸਹੂਲਤ ਹੈ ਉਹ ਮਿਲ ਰਹੀ ਹੈ ਅਤੇ ਇਸ ਕਰਕੇ ਸਾਡੇ ਪੇਰੈਂਟਸ ਬੇਫਿਕਰ ਹੋ ਕੇ ਸਾਨੂੰ ਭੇਜ ਦਿੰਦੇ ਨੇ, ਉਹਨਾਂ ਨੂੰ ਵੀ ਕੋਈ ਟੈਨਸ਼ਨ ਨਹੀਂ ਹੁੰਦੀ ਕਿਉਂਕਿ ਅਸੀਂ ਸੇਫਟੀ ਨਾਲ ਪੂਰੀ ਨਾਲ ਆਉਂਦੇ ਜਾਂਦੇ ਹਾਂ ਬੱਸ 'ਤੇ ਅਤੇ ਹੁਣ ਅਸੀਂ ਵੀ ਮਤਲਬ ਬਹੁਤ ਖੁਸ਼ ਹਾਂ, ਸਾਨੂੰ ਵੀ ਕੋਈ ਦਿੱਕਤ ਨਹੀਂ ਆਉਂਦੀ ਆਉਣ ਜਾਣ 'ਚ ਅਤੇ ਸਾਡੇ ਪਿੰਡ ਤੱਕ ਮਤਲਬ ਸਾਡੇ ਘਰ ਤੱਕ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਅਸੀਂ ਸੇਫਟੀ ਨਾਲ ਪਹੁੰਚ ਰਹੇ ਹਾਂ। ਸਕੂਲ ਆਫ ਐਮੀਨੈਂਸ ਦੇ ਵਿੱਚ ਸਿਰਫ ਦਾਖਲਾ ਮਿਲਣਾ ਹੀ ਚੁਣੌਤੀਆਂ ਦਾ ਖਤਮ ਹੋਣਾ ਨਹੀਂ ਸੀ। ਕੁਝ ਪਿੰਡ ਅਜਿਹੇ ਨੇ ਜਿੱਥੋਂ ਸ਼ਾਇਦ ਉਸ ਸਕੂਲ ਤੱਕ ਪਹੁੰਚਣ ਦੇ ਲਈ ਕਈ ਚੁਣੌਤੀਆਂ ਦਾ ਸਾਹਮਣਾ ਲਗਾਤਾਰ ਕਰਨਾ ਪੈਂਦਾ, ਹਲੇ ਤੱਕ ਵੀ ਕਰਨਾ ਪੈਂਦਾ। ਅਸੀਂ ਇਸ ਵੇਲੇ ਛੋਟੀ ਨਗਲ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਇੱਥੋਂ ਦੇ ਹਾਲਾਤ ਦੇਖ ਸਕਦੇ ਹੋ, ਇੱਥੋਂ ਦੀ ਤਸਵੀਰ, ਕਿਉਂਕਿ ਪੰਜਾਬ ਦਾ ਇਹ ਆਖਰੀ ਪਿੰਡ ਹੈ ਔਰ ਪਹਾੜਾਂ ਦੇ ਵਿੱਚ, ਪਹਾੜਾਂ ਦੀ ਗੋਦ ਦੇ ਵਿੱਚ ਵਸਿਆ ਹੋਇਆ ਪਿੰਡ ਹੈ। ਚੋ ਤੁਸੀਂ ਦੇਖ ਸਕਦੇ ਪਿੰਡ ਨੂੰ ਜਵਾਂ ਛੂਹ ਕੇ ਲੰਘਦੀ ਆ, ਤਾਂ ਐਸੇ ਹਾਲਾਤਾਂ ਦੇ ਵਿੱਚ ਇਹਨਾਂ ਪਿੰਡਾਂ ਤੋਂ
ਸਕੂਲ ਆਫ ਐਮੀਨਸ ਮੁੱਲਾਪੁਰ ਗਰੀਬ ਦਾ ਜਾਂ ਮੋਹਾਲੀ ਤੱਕ ਜਾਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੁਣੌਤੀ ਹੈ। ਤਾਂ ਬੇਸ਼ੱਕ ਸਾਡੇ ਨਾਲ ਕਰਨਵੀਰ ਹੈ, ਕਰਨਪ੍ਰੀਤ ਹੈ, ਕਰਨਪ੍ਰੀਤ ਸਟੂਡੈਂਟ ਹੈ, ਜਦੋਂ ਇਹਦਾ ਦਾਖਲਾ ਉੱਥੇ ਹੋਇਆ ਤਾਂ ਇਹਦੀਆਂ ਚੁਣੌਤੀਆਂ ਉੱਥੇ ਖਤਮ ਨਹੀਂ ਹੋਈਆਂ। ਕਰਨਪ੍ਰੀਤ, ਕਿੰਨੇ ਕੁ ਚੈਲੰਜ ਪਹਿਲਾਂ ਸੀ ਤੇ ਕਿੰਨੇ ਕੁ ਚੈਲੰਜ ਹੁਣ ਹੈ? ਸਕੂਲ ਤੱਕ ਪਹੁੰਚਦੇ ਕਿਵੇਂ ਹੋ, ਜਿੱਦਾਂ ਦੇ ਅਸੀਂ ਰਸਤੇ ਦੇਖੇ ਆ, ਹਾਲਾਤ ਦੇਖੇ ਆ? ਅਸੀਂ ਸਕੂਲ ਤੱਕ ਤਾਂ ਜੀ ਪੇਰੈਂਟਸ ਛੱਡ ਜਾਂਦੇ ਹਾਂ ਜੀ, ਅਜੇ ਅੱਗੇ ਸਕੂਲ ਆਫ ਐਮੀਨੈਂਸ ਦੀ ਬੱਸ ਲੈ ਜਾਂਦੀ ਸੀ ਪਹਿਲਾਂ ਜੀ, ਅਰ ਜੀ ਹੁਣ ਥੋੜੀ ਇੱਥੇ ਤੱਕ ਆਉਣ ਲੱਗ ਜਾਂਦੀ ਹੈ ਜੀ ਬੱਸ ਜੀ। ਅੱਛਾ, ਜਦੋਂ ਬੱਸ ਨਹੀਂ ਲੱਗੀ ਸੀ ਉਦੋਂ ਫਿਰ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ? ਉਦੋਂ ਵੀ ਪੇਰੈਂਟਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ, ਅਸੀਂ ਪੇਰੈਂਟਸ ਛੱਡ ਕੇ ਆਉਂਦੇ ਸੀ ਜੀ, ਫਿਰ ਅੱਗੇ ਪ੍ਰਾਈਵੇਟ ਬੱਸ ਲੋਕਲ ਬੱਸ ਚ ਜਾਂਦੇ ਜੀ। ਅੱਛਾ, ਇਹਨਾਂ ਪਿੰਡਾਂ ਦੇ ਵਿੱਚੋਂ ਕੋਈ ਬੱਸਾਂ ਜਾਂਦੀਆਂ ਜਾਂ ਕੋਈ ਹੋਰ ਸਾਧਨ ਜਾਂਦੇ ਆ ਕਿ ਨਹੀਂ? ਨਾ ਜੀ, ਜਾਂਦੇ ਨਹੀਂ ਜੀ ਕੋਈ ਵੀ ਸਾਧਨ, ਅਸੀਂ ਬਸ ਆਪਣੇ ਵਹੀਕਲ ਜਾਂਦੇ ਜੀ। ਅੱਛਾ, ਜ਼ਿੰਦਗੀ ਦੇ ਵਿੱਚ ਕੀ ਲੱਗਦਾ ਕਿ ਪੜ੍ਹ ਲਿਖ ਕੇ ਕੁਛ ਬਣਨਾ, ਮਨ ਦੇ ਵਿੱਚ ਕੀ ਕੁਛ ਚੱਲਦਾ? ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਬੱਚਿਆਂ ਦੇ ਕੋਲ ਸਾਰੀਆਂ ਸਹੂਲਤਾਂ ਹੈ, ਚੰਗੇ ਸਕੂਲਾਂ ਦੇ ਨੇੜੇ ਰਹਿੰਦੇ ਵੀ ਹੈ, ਮਾਪੇ ਗੱਡੀਆਂ ਛੱਡ ਕੇ ਆਉਂਦੇ ਆ, ਉਹਨਾਂ ਨੂੰ ਜਦੋਂ ਕੋਈ ਤੁਸੀਂ ਸੁਨੇਹਾ ਦੇਣਾ ਹੋਵੇ ਤਾਂ ਤੁਹਾਡੀਆਂ ਚੁਣੌਤੀਆਂ ਜਿਹੜੀਆਂ ਨੇ ਉਹ ਕਿੱਥੋਂ ਤੱਕ ਤੁਹਾਨੂੰ ਲੱਗਦਾ ਕਿ ਚੈਲੰਜ ਜਿਹੜੇ ਕਿੰਨੇ ਕਿੰਨੇ ਤੇ ਟੀਚਾ ਕੀ ਹੈ? ਅਸੀਂ ਬਸ ਹੁਣ ਤਾਂ ਜੱਜ ਬਣਨਾ ਹੀ ਹੈ ਜੀ, ਟੀਚਰ ਹੀ ਜੀ, ਬਾਕੀ ਹੁਣ ਔਖਾ ਹੀ ਕੰਮ ਇੱਥੇ ਆਉਣ ਦਾ ਜੀ। ਤਾਂ ਇਹ ਬੱਚਾ ਹੈ ਜੀ ਕਰਨਪ੍ਰੀਤ, ਹੈ ਨਾ, ਕਰਨਪ੍ਰੀਤ, ਕਰਨਪ੍ਰੀਤ ਸਿੰਘ ਹੈ। ਤਾਂ ਦੇਖੋ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਦੇ ਲਈ ਇੱਕ ਸੁਨੇਹਾ ਵੀ ਹੈ ਕਿ ਜਿਨ੍ਹਾਂ ਦੇ ਕੋਲ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਬੱਚੇ ਸ਼ਾਇਦ ਉਸਦੀ ਕਦਰ ਨਹੀਂ ਕਰਦੇ, ਪੜ੍ਹਾਈ ਵੱਲ ਧਿਆਨ ਨਹੀਂ, ਪਰ ਇਹ ਦੇਖੋ ਪੜ੍ਹਾਈ ਲਈ ਸ਼ੌਂਕ ਵੀ ਹੈ, ਮਨ 'ਚ ਜਜ਼ਬਾ ਵੀ ਹੈ, ਪਰ ਸਕੂਲ ਤੱਕ ਜਾਣ ਲਈ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਖੈਰ, ਸਕੂਲ ਆਫ ਐਮੀਨਸ ਦੇ ਵਿੱਚ ਦਾਖਲਾ ਹੋਇਆ, ਪਹਿਲਾਂ ਤਾਂ ਕਾਫੀ ਚੁਣੌਤੀਆਂ ਰਹੀਆਂ, ਪਰ ਹੁਣ ਸਰਕਾਰੀ ਸਕੂਲ ਦੀ ਬੱਸ ਹੈ ਜਿਹੜੀ ਉਹ ਆਉਣ ਲੱਗੀ ਹੈ ਤੇ ਇਹਨਾਂ ਬੱਚਿਆਂ ਨੂੰ ਕੁਝ ਕੁ ਆਸਰਾ ਜ਼ਰੂਰ ਮਿਲਿਆ। ਕਹਿੰਦਾ ਜੱਜ ਬਣਨਾ, ਜੋਸ਼, ਜਜ਼ਬਾ ਤੇ ਮਿਹਨਤ ਇਸੇ ਤਰ੍ਹਾਂ ਜਾਰੀ ਰਹੀ ਤਾਂ ਜ਼ਰੂਰ ਇੱਕ ਨਾ ਇੱਕ ਦਿਨ ਕਰਨਪ੍ਰੀਤ ਨੂੰ ਅਸੀਂ ਐਜ਼ ਏ ਜੱਜ ਦੇਖਾਂਗੇ। ਕੈਮਰਾਮੈਨ ਜਤਿੰਦਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਮੋਹਾਲੀ। ਤਾਂ ਸਕੂਲ ਆਫ ਐਮੀਨਸ ਦੀ ਬੱਸ ਬੱਚਿਆਂ ਨੂੰ ਉਹਨਾਂ ਪਿੰਡਾਂ 'ਚੋਂ ਲੈ ਕੇ ਆਉਂਦੀ ਹੈ ਜਿਨ੍ਹਾਂ ਪਿੰਡਾਂ ਦੇ ਵਿੱਚੋਂ ਕੋਈ ਵਹੀਕਲ ਨਹੀਂ ਸੀ ਆਉਂਦਾ, ਕੋਈ ਟਰਾਂਸਪੋਰਟੇਸ਼ਨ ਹੈ ਜਿਹੜੀ ਉਹਦਾ ਪ੍ਰਬੰਧ ਨਹੀਂ ਸੀ, ਜਿਸ ਦੇ ਚੱਲਦੇ ਬੱਚਿਆਂ ਦੇ ਲਈ ਕਈ ਤਰ੍ਹਾਂ ਦੀਆਂ ਚੁਣੌਤੀਆਂ ਸੀ। ਰਸਤੇ ਵੀ ਤੁਹਾਨੂੰ ਦਿਖਾ ਦਿੰਦੇ ਕਿ ਬੱਸ ਕਿਸ ਤਰ੍ਹਾਂ ਦੇ ਰਸਤਿਆਂ ਦੇ ਵਿੱਚੋਂ ਹੁੰਦੀ ਹੋਈ, ਬੜੇ ਛੋਟੇ ਰਸਤੇ ਨੇ, ਭੀੜੇ ਇਹ ਰਾਹ ਨੇ, ਔਰ ਆਸ ਪਾਸ ਜੰਗਲ ਹੈ, ਪਹਾੜੀਆਂ ਨੇ, ਔਰ ਇੱਧਰ ਟਰਾਂਸਪੋਰਟ ਦਾ ਪ੍ਰਬੰਧ ਬਹੁਤ ਘੱਟ ਹੈ। ਤਾਂ ਐਸੇ ਦੇ ਵਿੱਚ ਇਹ ਜਿਹੜੀ ਬੱਸ ਹੈ ਸਕੂਲ ਆਫ ਐਮੀਨਸ ਦੀ, ਸਰਕਾਰੀ ਸਕੂਲ ਦੀ, ਇਹ ਬੱਸ ਬੱਚਿਆਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ। ਤਾਂ ਕਿਉਂਕਿ ਜੇ ਸ਼ਾਇਦ ਇਸ ਟਰਾਂਸਪੋਰਟ ਦਾ ਪ੍ਰਬੰਧ ਨਾ ਹੁੰਦਾ ਤਾਂ ਬੱਚੇ ਸਿਲੈਕਸ਼ਨ ਹੋਣ ਦੇ ਬਾਵਜੂਦ ਆਪਣੇ ਸਕੂਲ ਤੱਕ ਨਾ ਪਹੁੰਚ ਸਕਦੇ। ਬੱਚੇ ਕੀ ਨਾਮ ਹੈ ਤੁਹਾਡਾ, ਕਿਹੜੇ ਪਿੰਡ ਤੋਂ ਆਉਣੇ? ਇਰਫਾਨ ਖਾਨ, ਹੋਰ ਮੈਂ ਹੁਸ਼ਿਆਰਪੁਰ ਪਿੰਡ ਤੋਂ ਆਉਂਦਾ ਹਾਂ ਜੀ। ਅੱਛਾ, ਕਿੰਨੀ ਕੁ ਦੂਰ ਪੈਂਦਾ ਤੁਹਾਡੇ ਸਕੂਲ ਤੋਂ? 5-6 ਕਿਲੋਮੀਟਰ ਦੂਰ ਪੈਂਦਾ ਹੈ ਜੀ। ਅੱਛਾ, ਇਹ ਬੱਸ ਤੋਂ ਪਹਿਲਾਂ ਤੁਸੀਂ ਕਿਵੇਂ ਆਉਂਦੇ ਸੀ ਤੇ ਬੱਸ ਲੱਗਣ ਦੇ ਨਾਲ ਤੁਹਾਨੂੰ ਲੱਗਦਾ ਕੋਈ ਸਹੂਲਤ ਮਿਲੀ? ਹਾਂਜੀ ਸਰ, ਸਭ ਤੋਂ ਪਹਿਲਾਂ ਤਾਂ ਮੈਂ ਬੱਸ ਲੱਗਣ ਤੋਂ ਪਹਿਲਾਂ ਹੀ ਮੈਂ ਆਪਣੇ ਪਿੰਡ ਦੇ ਸਕੂਲ ਵਿੱਚ ਸੀਗਾ, ਉੱਥੇ ਮੈਡੀਕਲ ਨਾ ਹੋਣ ਕਰਕੇ ਮੈਨੂੰ ਇੱਥੇ ਆਉਣਾ ਪਿਆ। ਮੈਨੂੰ ਜਦ ਪਤਾ ਲੱਗਿਆ ਕਿ ਸਕੂਲ ਆਫ ਐਮੀਨੈਂਸ ਬਣ ਗਿਆ ਤਾਂ ਮੈਂ ਬਹੁਤ ਖੁਸ਼ ਹੋਇਆ, ਕਿਉਂਕਿ ਹੁਣ ਸਾਡੇ ਪਿੰਡ ਤੋਂ ਬੱਸ ਆਉਣ ਲਈ ਉਹਨਾਂ ਦਾ ਟਾਈਮ ਸੀਗਾ, ਅਸੀਂ ਜਾਂ ਤਾਂ ਲੇਟ ਹੋ ਜਾਂਦੇ ਸੀਗੇ ਜਾਂ ਫਿਰ ਬਹੁਤ ਹੀ ਜਲਦੀ ਆਉਣਾ ਪੈਂਦਾ ਸੀਗਾ। ਤਾਂ ਹੁਣ ਸਾਨੂੰ ਸਕੂਲ ਆਫ ਐਮੀਨੈਂਸ ਕਰਕੇ ਸਾਨੂੰ ਬੱਸਾਂ ਦੀ ਸੁਵਿਧਾ ਵੀ ਮਿਲ ਗਈ, ਜਿਸ ਕਾਰਨ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ।
ਤਾਂ ਕਹਿੰਦੇ ਨੇ ਜੀ ਕਿ ਬਹੁਤ ਵੱਡੀ ਸਹੂਲਤ ਹੈ, ਇੱਕ ਬੱਚੀ ਸਾਹਮਣੇ ਬੈਠੀ ਆ, ਬੱਚੀ ਨਾਲ ਗੱਲ ਕਰਦੇ ਆ, ਤੁਸੀਂ ਸਿੱਧੂ ਇਸ ਪਾਸੇ ਆ ਜਾਓ। ਤਾਂ ਇਹ ਬੱਸ ਅੱਗੇ ਵੱਧਦੀ ਜਾ ਰਹੀ ਆ ਆਪਣੇ ਅਗਲੇ ਪੜਾਅ ਦੇ ਵੱਲ। ਬੇਟਾ ਕੀ ਨਾਮ ਆ ਤੁਹਾਡਾ? ਵੰਦਨਾ। ਅੱਛਾ ਬੱਚੇ, ਜਦੋਂ ਇਹਨਾਂ ਰਸਤਿਆਂ ਦੇ ਵਿੱਚੋਂ ਵੈਸੇ ਸਕੂਲ ਨੂੰ ਜਾਂਦੇ ਆ ਤਾਂ ਕਿੰਨੇ ਕੁ ਚੈਲੰਜ ਆ, ਕਿੰਨੀਆਂ ਕੁ ਚੁਣੌਤੀਆਂ? ਸਰ ਬਹੁਤ ਜ਼ਿਆਦਾ ਚੁਣੌਤੀਆਂ, ਜਿਸ ਤਰ੍ਹਾਂ ਕਿ ਜਦੋਂ ਅਸੀਂ ਜਾਂਦੇ ਹਾਂ ਤੇ ਕਾਫੀ ਬਹੁਤ ਟਾਈਟ ਰਸਤਾ ਹੈ ਇਹ, ਤੇ ਇਸ ਤੋਂ ਲੰਘ ਕੇ ਜਾਣਾ ਵੀ ਕਾਫੀ ਮੁਸ਼ਕਿਲ ਸੀ, ਤੇ ਇਸ ਕਾਰਨ ਕਈ ਬੱਚੇ ਤਾਂ ਪੜ੍ਹਾਈ ਤੋਂ ਬਿਨਾਂ ਹੀ ਜਿਸ ਤਰ੍ਹਾਂ ਰਹਿ ਜਾਂਦੇ ਸੀ ਕਿ ਵਾਂਝੇ ਰਹਿ ਜਾਂਦੇ ਸੀ। ਤੇ ਇਸ ਕਾਰਨ ਜੋ ਜਦੋਂ ਸਕੂਲ ਆਫ ਫੈਮਿਨੈਂਸ ਸਟਾਰਟ ਹੋਇਆ ਤਾਂ ਉਸ ਨਾਲ ਜੋ ਸਰਕਾਰੀ ਬੱਸਾਂ ਆਈਆਂ ਸਕੂਲ ਦੇ ਵਿੱਚ ਤਾਂ ਉਸ ਨਾਲ ਬਹੁਤ ਜ਼ਿਆਦਾ ਬੱਚਿਆਂ ਨੂੰ ਫਾਇਦਾ ਹੋਇਆ। ਅੱਛਾ, ਜਦੋਂ ਬੱਸ ਲੱਗੀ ਪਹਿਲਾਂ ਲੱਗਦਾ ਸੀ ਕਿ ਬੱਸ ਆਇਆ, ਗੁਰੂ ਕੀ ਪਿੰਡ ਆਇਆ, ਗੁਰੂ ਕੀ ਸਾਨੂੰ ਲੈਣ ਆਇਆ ਗੁਰੂ, ਤੇ ਜਦੋਂ ਲੱਗੀ ਕਿੰਨੀ ਖੁਸ਼ੀ ਹੋਈ? ਸਰ ਬਹੁਤ ਖੁਸ਼ੀ ਹੋਈ, ਬਹੁਤ ਜ਼ਿਆਦਾ ਖੁਸ਼ੀ ਹੋਈ, ਮਤਲਬ ਅਸੀਂ ਕੁਛ ਕਹਿ ਨਹੀਂ ਸਕਦੇ, ਇੰਨੀ ਕੁ ਸਾਨੂੰ ਖੁਸ਼ੀ ਹੋਈ। ਕਈ ਵਾਰ ਮਾਪਿਆਂ ਨੂੰ ਕੋਈ ਕੰਮ ਪੈ ਜਾਂਦਾ ਹੋਣਾ ਤਾਂ ਸਕੂਲ ਮਿਸ ਹੁੰਦਾ ਹੋਣਾ? ਸਰ ਬਹੁਤ ਜ਼ਿਆਦਾ ਮਿਸ ਹੁੰਦਾ ਸੀ। ਤਾਂ ਇਹ ਖੁਸ਼ੀ ਦੀ ਇਹ ਅਹਿਸਾਸ ਇਹ ਬੱਚੇ ਹੀ ਕਰ ਸਕਦੇ ਨੇ ਕਿ ਜਿਨ੍ਹਾਂ ਦਾ ਜੇ ਮਾਪਿਆਂ ਨੂੰ ਕੰਮ ਪੈ ਗਿਆ ਤਾਂ ਸਕੂਲ ਮਿਸ ਹੋਣ ਦਾ ਖਤਰਾ ਬਣਿਆ ਰਹਿੰਦਾ ਸੀ। ਖੈਰ ਹੁਣ ਇਹ ਸਰਕਾਰੀ ਬੱਸ ਲੱਗ ਗਈ ਹੈ, ਰਸਤੇ ਚਾਹੇ ਹੁਣ ਕਿੱਦਾਂ ਦੇ ਵੀ ਹੋਣ, ਹੁਣ ਡਰ ਨਹੀਂ ਲੱਗਦਾ। ਪਹਾੜੀਆਂ ਅਤੇ ਜੰਗਲਾਂ ਵਾਲੇ ਰਸਤਿਆਂ ਦੇ ਵਿੱਚੋਂ ਹੁੰਦੀ ਹੋਈ ਇਹ ਬੱਸ ਆਪਣੇ ਇਹਨਾਂ ਹੋਣਹਾਰ ਬੱਚਿਆਂ ਨੂੰ ਇਹਨਾਂ ਦੀ ਮੰਜ਼ਿਲ ਸਕੂਲ ਆਫ ਐਮੀਨਸ ਦੇ ਵਿੱਚ ਲੈ ਪਹੁੰਚਦੀ ਹੈ। ਸ਼ਾਇਦ ਜਿਨ੍ਹਾਂ ਬੱਚਿਆਂ ਦੇ ਕੋਲ ਹਰ ਤਰ੍ਹਾਂ ਦੀ ਸਹੂਲਤ ਹੈ ਉਹਨਾਂ ਨੂੰ ਇਸ ਅਹਿਸਾਸ ਬਾਰੇ ਸ਼ਾਇਦ ਨਾ ਪਤਾ ਹੋਵੇ ਅਤੇ ਸ਼ਾਇਦ ਉਹਨਾਂ ਨੂੰ ਉਹਨਾਂ ਸਹੂਲਤਾਂ ਦੀ ਕਦਰ ਵੀ ਨਾ ਹੋਵੇ, ਪਰ ਇਹਨਾਂ ਬੱਚਿਆਂ ਨੂੰ ਪਤਾ ਕਿ ਅੱਜ ਜੇ ਇਹ ਸਹੂਲਤ ਮਿਲੀ ਹੈ, ਇਹ ਸਕੂਲ ਆਇਆ, ਤਾਂ ਇਹਨਾਂ ਬੱਚਿਆਂ ਦੇ ਲਈ ਕਿੰਨਾ ਕੁ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਭਵਿੱਖ ਦੇ ਲਈ ਕਿੰਨਾ ਕੁ ਇੱਕ ਅਹਿਮ ਭੂਮਿਕਾ, ਅਹਿਮ ਰੋਲ ਆ ਜਿਹੜਾ ਉਹ ਸਾਬਤ ਹੋਵੇਗਾ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਮੋਹਾਲੀ।